ਸਿਸਟਰ ਹੁਮੈਰਾ ਦਾ ਘਰ ਸਾਹਮਣੇ ਨਜ਼ਰ ਆ ਰਿਹਾ ਹੈ। ਮਾਸ਼ਾਅੱਲਾ ਜੀ, ਬਾਗ ਸ਼ਾਗ ਕਮਿਸ਼ਨ ਹਰਿਆਲੀ ਹਰ ਤਰਫ ਸੋਹਣੀ ਲੱਗਦੀ ਘਰਾਂ ਦੇ। ਇਸ ਤਰ੍ਹਾਂ ਸਾਨੂੰ ਤਾਂ ਸਿਰਫ ਇੱਟਾਂ ਹੀ ਗਿਣਨੇ ਲੱਭਦੇ ਆਪਣੇ ਚੱਕ ਵਿੱਚ। ਅਤੇ ਹੁਣ ਉਹਨਾਂ ਦੀ ਘਰ ਦੇ ਕੋਲ ਅਸੀਂ ਪਹੁੰਚ ਗਏ ਹਾਂ। ਕਬੀਰ ਸਿੰਘ ਪਹੁੰਚ ਗਿਆ, ਕਿੰਨੀ ਕੁ ਦੂਰ ਹੈ, ਕਿੱਥੇ ਆਂਟੀ ਦਾ ਘਰ? ਕਿਉਂ ਤਾਂ ਮੂੰਹ 'ਚ ਬੋਲ ਗਿਆ ਬਿਲ ਬੰਦ ਕੇ ਧੋਂਦਾ। ਅਜੇ ਵੀ ਕੈਮਰੇ 'ਚ ਧੋਂਦੀ ਨਜ਼ਰ ਆਉਂਦੀ ਸਾਰੀ ਰਹਿੰਦੀ, ਹੋਰ ਤੇ ਕੋਈ ਸ਼ਾਇਦ ਨਜ਼ਰ ਕੋਈ ਨੀ ਆਈ। ਤੇ ਘਰ ਦੇ ਕੋਲ ਸੁੱਤੀ ਪਈ ਹੈ। ਹਾਂਜੀ, ਚਲੋ ਫਿਰ ਘਰ ਦੇ ਕੋਲ ਹੀ ਅਸੀਂ ਪਹੁੰਚ ਗਏ ਬਿਲਕੁਲ। ਅਵੈਮਾ ਨੂੰ ਉਠਾਓ। ਅੱਛਾ ਅਵੈਮਾ, ਅਵੈਮਾ ਬੇਟਾ ਉੱਠ ਜਾ, ਆਂਟੀ ਦੇ ਘਰ ਆ ਗਈ ਹੈ ਹੁਣ। ਅਵੈਮਾ ਉੱਠ ਜਾ, ਆਂਟੀ ਤੇਰੇ ਘਰ ਆ ਗਿਆ। ਅੱਲਾ ਭਲਾ ਕਰੇ ਕਿ ਪੈਣੇ। ਚਲੋ ਬਈ ਖਾਓ ਸਮੋਸੇ। ਅੱਛਾ ਜੀ, ਸਾਡਾ ਸਲਾਦ। ਅੱਛਾ ਜੀ, ਪਿਆਜ਼ ਮਹਿੰਗੇ ਹੋਣੇ ਨਾ, ਉਹਨਾਂ ਸਿਰਫ ਸਾਨੂੰ ਖੀਰਾ ਮਾੜਾ ਮਾੜਾ, ਅਤੇ ਗਾਜਰਾਂ ਅਤੇ ਮੂਲੀਆਂ ਸਸਤੀਆਂ, ਉਹ ਰਗੜ ਕੇ ਤਾਂ ਸਾਨੂੰ ਦੇ ਦਿਓ। ਅੱਛਾ ਜੀ, ਚਟਨੀ ਦਹੀਂ ਵਾਲੀ ਅਤੇ ਚਨੇ। ਭਾਈ ਆਸ ਮੇਰਾ ਵੀਰਾ ਕਰ ਕੋਸ਼ਿਸ਼, ਮੈਂ ਨਿੱਘੇ ਨਿੱਘੇ ਹੱਥ ਪਾਠ 'ਚ ਰੱਖਿਆ ਵੀ ਨਿੱਘੇ ਰਹਿਣ, ਢੱਕਣ ਨਹੀਂ ਤਾਂ ਰੱਖ ਦਿਓ। ਆਹ ਪਲੇਟਾਂ ਕੌਲੀਆਂ 'ਚ ਬੱਚਿਆਂ ਨੂੰ ਪਾ ਦਿਓ ਨਾ। ਅੱਛਾ ਜੀ, ਲਾਈਟ ਸਾਡੀ ਚਲੀ ਗਈ, ਮੈਨੂੰ ਜਿਹੜਾ ਸ਼ਾਇਦ ਡਰ ਸੀ ਵੀ ਪ੍ਰਾਹੁਣੇ ਆਏ ਨਾ ਅਤੇ ਲਾਈਟ ਚੱਲ ਜਾਣੀ ਆ, ਅਤੇ ਲਾਈਟ ਨਹੀਂ, ਉਹੀ ਕੰਮ ਕੀਤਾ। ਚਨੇ ਵਾਲੀ ਲੈ ਲਾ ਪੁੱਤ, ਜਿੱਦਾਂ ਤੈਨੂੰ ਪਸੰਦ ਆ। ਬੱਚਿਆਂ ਨੂੰ ਪਹਿਲੇ ਚੂਰ ਦਿਓ ਨਾ ਬਾਜੀ। ਬਾਜੀ ਟੈਸਟ ਕਰਵਾਉਣ ਗਈ ਸੀ ਕਿੱਦਾਂ? ਅੱਲਾ ਤੰਦਰੁਸਤੀ ਜ਼ਿੰਦਗੀ ਦੇਵੇ, ਠੰਡ ਇੰਨੀ, ਉੱਤੋਂ ਧੁੱਪ ਨਿਕਲ ਨਹੀਂ ਰਹੀ। ਮੈਂ ਵੀ ਜਿੱਦਾਂ ਦਾ ਬਾਜੀ ਕਿਚਨ ਸ਼ੁਰੂ ਕਰਾਇਆ ਉਦੋਂ ਦੀ ਆਪਣਾ ਇਹੀ ਕੰਮ, ਅਤੇ ਮੈਂ ਇੰਨੀ ਸੱਚੀ ਥੱਕੀ ਪਈ ਹਾਂ ਨਲਕੇ ਦੇ ਭਾਂਡੇ ਧੋ ਧੋ ਕੇ, ਬਿਜਲੀ ਨਹੀਂ ਹੁੰਦੀ ਸਾਰਾ ਦਿਨ। ਆ ਦੇਖਣਾ ਹੁਣ ਵੀ ਅਸੀਂ ਲੈਂਪ ਚਲਾ ਕੇ ਰੱਖਿਆ ਹੋਇਆ। ਗੀਜ਼ਰ ਹੈ ਸਾਡੇ, ਗੀਜ਼ਰ ਮੈਂ ਗਰਮ ਪਾਣੀ ਨਾਲ ਭਾਂਡੇ ਧੋਨੀ, ਮੈਨੂੰ ਇੱਥੇ ਮੇਰੇ ਕੋਲ ਥਿੰਦਾ ਨਹੀਂ ਲੈਤਾ, ਮੈਂ ਕਿਹੜੇ ਵਕਤਾਂ ਨਾਲ ਧੋਨੀ ਆ ਭਾਂਡੇ, ਕੁਛ ਕੁਛ ਕੇ ਜਿੱਥੇ ਅੱਧਾ ਘੰਟਾ ਲੱਗਣਾ ਭਾਂਡੇ ਆ, ਅਤੇ ਮੈਂ ਕਹਿੰਦੀ ਘੰਟਾ ਲੱਗਦਾ ਵਾ। ਵੀ ਅਸਲ ਸਲਾਦ ਵੀ ਪਾ ਲਿਓ ਰਹਿਤਾ ਵੀ, ਫਿਰ ਮੈਂ ਸਾਡੀ ਨਾ ਮੈਮਾ ਨੇ ਕੈਬ ਕਿਹੜੀ ਸੋਹਣੀ ਲਾਈ ਆ, ਸੂਟ ਕਿੱਡਾ ਸੋਹਣਾ ਪਾਇਆ ਵਾ। ਮੈਮਾ ਇਹਦੇ ਨਾਲ ਹੀ ਮੇਰੀ ਕੈਬ ਵੀ ਹੈ, ਪਰ ਚੂਹਾ ਖਾ ਗਿਆ ਵਾ, ਮੈਂ ਨਾ ਲੈ ਲਵਾਂ ਇਹ। ਹੈ ਮੈਮਾ, ਮੈਮਾ ਜਦੋਂ ਅਸੀਂ ਕੱਪੜੇ ਲੈਂਦੇ ਮੈਮਾ ਜੈਲਸ ਹੁੰਦੀ ਆ, ਫਿਰ ਜਦੋਂ ਮੈਮਾ ਲੈਂਦੀ ਫਿਰ ਮੈਂ ਅਤੇ ਮੰਮਾ ਵੀ ਜੈਲਸ ਹੁੰਦੀਆਂ ਵਾ। ਪਾਪਾ ਨੇ ਅੱਜ ਵੀ ਬਹੁਤੀਆਂ ਛਾਵਾਂ ਲਾ ਦਿੱਤੀਆਂ ਇਹਨੂੰ। ਅਸੀਂ ਹਾਂ, ਪਾਪਾ ਨੇ ਐਤਕੀ ਵੀ ਆਇਆ ਨਾ, ਮੈਂ ਵੀਡੀਓ ਦੇਖੀ, ਸਟਾਲਰ ਜਿਹੜਾ ਲਿਆ ਵਾ ਅਤੇ ਪੈਂਟਾਂ ਵੀ, ਪਾਪਾ ਨੇ ਇੰਨੀਆਂ ਛਾਵਾਂ ਲਿਆ। ਅੱਛਾ ਬਾਜੀ, ਤੇਲੇ ਕੀ ਭਾਜੀ ਨੇ ਲੈ ਕੇ ਆਉਂਦਾ? ਹਾਏ ਹਾ, ਚਲੋ ਨਿੱਕੀ ਬੇਟੀ ਸਾਡੀ ਹੱਸਦੀ ਆ। ਅੱਛਾ ਜੀ, ਇਸ ਬੇਟੀ ਨੂੰ ਮੇਰੀ ਗੁੜਤੀ ਆ, ਲੇਕਿਨ ਇਹ ਚੀਜ਼ਾਂ ਬਹੁਤ ਮੰਗਦੀ। ਅੱਲਾ ਨੇ ਕੱਲ੍ਹ ਮੈਨੂੰ ਬੱਚੇ ਦਿੱਤੇ ਨਾ, ਮੈਂ ਆਪਣੀ ਗੁੜਤੀ ਨਹੀਂ ਦੇਣੀ, ਸਾਰਾ ਦਿਨ ਕੱਪੜੇ ਮੰਗੀ ਜਾਂਦੇ ਅਤੇ ਪੈਸੇ ਮਾਣੋ। ਮਾਣੋ ਦੀ ਅੱਖ ਬੜੀ ਪਿਆਰੀ ਆ, ਮਾਣੋ ਦੀ ਮਾਸ਼ਾਅੱਲਾ। ਬੜਾ ਦਿਲ ਕਰਦਾ ਸੀ, ਅਸੀਂ ਤਾਂ ਤੁਹਾਨੂੰ ਕਿਹਾ ਸੀ ਸਾਨੂੰ ਮੈਮਾ 3-4 ਦਿਨ ਦੇ ਦਿਓ। ਮੈਂ ਕਿਹਾ ਮੰਮਾ ਤੋਂ ਬਗੈਰ ਰਹਿੰਦੀ ਨਹੀਂ, ਮੈਨੂੰ ਮੈਂ ਕਿਹਾ ਕਦੀ ਵੀ ਨਹੀਂ ਰਹੀ। ਅੱਛਾ ਜੀ, ਮਹਿਮਾਨਾਂ ਨੂੰ ਮੈਂ ਇੱਧਰ ਹੀ ਬਿਠਾਇਆ, ਕਿਉਂਕਿ ਮੈਂ ਕਿਚਨ 'ਚ ਇੱਧਰ ਹੀ ਚਾਏ ਸ਼ਾਏ ਬਣਾਉਣੀ ਆ, ਅਗਰ ਲਾਈਟ ਹੁੰਦੀ ਫਿਰ ਉੱਧਰ ਬਿਸਤਰਿਆਂ 'ਚ ਭਾਗ ਜਾਣਾ ਸੀ, ਮੈਂ ਰਜਾਈ ਵੀ ਕੱਢੀ ਸੀ, ਲੇਕਿਨ ਹੁਣ ਮੈਂ ਇੱਥੇ ਕੋਲ ਹੀ ਬਿਠਾ ਲਿਆ ਵਾ, ਮੈਂ ਕਿਹਾ ਲਾਈਟ ਤਾਂ ਹੈ ਨਹੀਂ ਆ। ਬੱਚਿਆਂ ਨੇ ਕਿਹਾ ਜੀ ਸਾਨੂੰ ਚਨਿਆਂ ਵਾਲੀ ਚਟਨੀ ਪਾ ਕੇ ਦੇਣੀ ਆ, ਅਤੇ ਆਹ ਸਲਾਦ ਸਲਾਦ ਪਾ ਦਿਓ, ਥੋੜ੍ਹਾ ਸਲਾਦ ਪਾ ਦੇਣਾ, ਫਿਰ ਕਵੇ ਨਾ ਸਖਤ ਖਾਣੇ ਸਮੋਸੇ ਵਾਲੇ। ਵੱਖਰੀ ਠੰਡ ਠੰਡ ਦੀ, ਤੁਸੀਂ ਰੱਜ ਕੇ ਖਾਓ, ਅਲੀ ਖਾ ਲਓ ਥੋੜ੍ਹੇ ਜਿਹੇ, ਸਾਡੇ ਇਸੇ ਤਾਂ ਸਾਡੀ ਮੈਮਾ ਖਾ ਲਵੇ।
ਮੰਮਾ ਦੀ ਮੰਮਾ ਬਾਜੀ ਕਹਿੰਦੀ ਨਹੀਂ ਰਹਿੰਦੀ ਮੇਰੇ ਤੋਂ ਬਗੈਰ ਮੰਮਾ ਤੇਰੇ ਨਾਲ ਬੜਾ ਗੋਡ ਸਮੀਰ ਕੋ ਸਮੀਰ ਤੁਸੀਂ ਤਾਂ ਪੁੱਤ ਕੁਛ ਪਾ ਮਿੱਠੂ ਗਰਮ ਗਰਮ ਫਿਰ ਕੱਢ ਕੇ ਖਾ ਲਿਓ ਨਹੀਂ ਨਹੀਂ ਧਿਆਨ ਸਾਡੇ ਤਾਂ ਪੁਰਾਣੇ ਘਰ ਕੋਈ ਠੰਡ ਆ ਕੋਈ ਗਰਮੀ ਆ ਕੋਈ ਗਰਮੀ ਆ ਲੇਕਿਨ ਧੁੱਪ ਨਿਕਲੇ ਤੇ ਲੱਗੇ ਨਾ ਮਹਿਮਾਨ ਨੂੰ ਬਹੁਤੀਆਂ ਛਾਵਾਂ ਲਈਆਂ ਮੈਂ ਤੇ ਬਾਜੀ ਨੇ ਕੋਈ ਵੀ ਨਹੀਂ ਲਿਆ ਜਦੋਂ ਮੇਰੇ ਕੱਪੜੇ ਲਏ ਸੀ ਇੰਨੀ ਜਲਸ ਹੁੰਦੀ ਸੀ ਆਂਟੀ ਇੰਨੇ ਸੂਟ ਲੈਣੇ ਸੀ ਤੇ ਹੁਣ ਇਹਦੇ ਇੰਨੇ ਸੂਟ ਲਏ ਤੇ ਮੈਂ ਆਪ ਜਲਸ ਹੁਣ ਨਹੀਂ ਅੱਛਾ ਜੀ ਮਹਿਮਾਨ ਗਰਮ ਗਰਮ ਸਮੋਸੇ ਖਾਣ ਤੇ ਰਜ਼ਾਈ ਲਿਆ ਕੇ ਦਿੱਤੀ ਨਹੀਂ ਨਹੀਂ ਕੱਲ ਨੂੰ ਅੱਲਾ ਨੇ ਸਾਨੂੰ ਬੱਚੇ ਦਿੱਤੇ ਤੇ ਅਲੀ ਗੁੜਤੀ ਦੇਊਗਾ ਮੈਂ ਤਾਂ ਨਹੀਂ ਦਿੰਦੀ ਅਲੀ ਨੂੰ ਜ਼ਰੂਰਤ ਨਹੀਂ ਹੈ ਐਡੇ ਕੱਪੜੇ ਦੀ ਮੈਂ ਤਾਂ ਤਵਾ ਬਾਜ਼ਾਰ 'ਚ ਵਾੜ 'ਚ ਬਾਅਦ ਨਿਕਲਣੇ ਦਾ ਨਾਂ ਨਹੀਂ ਲੈਂਦੀ ਮਹਿਮਾ ਦੀ ਸਾਨੂੰ ਕੀ ਖਰਚਾ ਪੂਰਾ ਕਰਨਾ ਫਿਰ ਅੱਲਾ ਦੇਵੇ ਸਹੀ ਬਾਜੀ ਅੱਲਾ ਦੇਵੇ ਸਹੀ ਇਨਸ਼ਾ ਅੱਲਾ ਅੱਲਾ ਮੈਨੂੰ ਇੱਕ ਮੈਂ ਮਾਰ ਕੇ ਧੀ ਦੇ ਦੇਵੇ ਤੇ ਦੋ ਪੁੱਤਰ ਦੇ ਦੇਵੇ ਮੈਂ ਮਾਰ ਕੇ ਚਲਾਕੂ ਮਾਸੇ ਅਲੀਆ ਕੈਬ ਤਾਂ ਮੇਰੀ ਨੀ ਅੱਛਾ ਮਾਮੂ ਅਬਾਸ ਦੀ ਕਾਕੀ ਚੁੱਕੀ ਸੀ ਅਨਾਇਆ ਫਾਤਮਾ ਤੇ ਹੀਰਾ ਹੀਰਾ ਚੁੱਕਦੀ ਆ ਆਪਣਾ ਸ਼ਾਮੀ ਪਈ ਤੁਸੀਂ ਮੈਨੂੰ ਦੱਸਿਆ ਟਾਈਮ ਨਾਲ ਤਾਂ ਦੱਸਦੇ ਮੈਂ ਕੋਈ ਆਪਣਾ ਕੋਈ ਸ਼ਾਮ ਮੰਗਾਉਂਦੀ ਕੋਈ ਦੋ ਸ਼ਾਮਾਂ ਪਕਾਉਂਦੀ ਤਾਂ ਸਹੀ ਤੁਸੀਂ ਹੁਣ ਆਏ ਵੀ ਅੱਧੇ ਘੰਟੇ ਵਾਸਤੇ ਮੈਂ ਸ਼ਾਮਾਂ ਵੀ ਤਾਂ ਖਾਈ ਦੀਆਂ ਢਿੱਡ ਵੀ ਤਾਂ ਨਾਲ ਲੱਗਾ ਹੀ ਆ ਕਿਹੜੇ ਡਾਕਟਰ ਕੋ ਗਏ ਸੀ ਅੱਛਾ ਚੌਕਾ ਆਸਮ ਤੇ ਗਏ ਸੀ ਕਿ ਫਤਿਹਪੁਰ ਅੱਛਾ ਅੱਛਾ ਅੱਲਾ ਪਾਕ ਭਾਜੀ ਤੈਨੂੰ ਤੰਦਰੁਸਤੀ ਦੇਵੇ ਮੈਂ ਤੈਨੂੰ ਨਮਾਜ਼ ਪੜ੍ਹ ਕੇ ਵੀ ਇੰਨੀ ਦਵਾ ਪਹਿਲਾਂ ਸਮੀਰ ਲਈ ਕਰਦੀ ਹੁੰਦੀ ਸੀ ਅੱਲਾ ਨੇ ਸਾਨੂੰ ਦੁਬਾਰਾ ਹੀ ਸਮੀਰ ਦਿੱਤਾ ਵਾ ਫਿਰ ਤੇਲ ਲਈ ਆਪਣਾ ਕਰਨ ਲੱਗ ਪਈ ਤੇ ਹੁਣ ਆਪਾਸ ਨਹੀਂ ਠੀਕ ਜਵੇਰ ਦਵਾਈ ਲੈ ਕੇ ਆਇਆ ਉਹ ਨਹੀਂ ਠੀਕ ਇੱਥੇ ਦਰਦ ਹੁੰਦੀ ਉਹਦੇ ਪਸਲੀ ਦੇ ਨਾਲ ਤੇ ਉਹ ਵੀ ਦਵਾਈ ਲੈ ਕੇ ਆਇਆ ਹੀਰਾ ਨੇ ਠੀਕ ਕੋਈ ਠੀਕ ਪਤਾ ਨਹੀਂ ਕੋਈ ਵੀ ਨਹੀਂ ਤਾਂ ਠੀਕ ਹੈਗਾ ਕੁਰਸੀ ਲਿਆਓ ਇੱਥੇ ਆਪਣੇ ਵਾਸਤੇ ਕੁਰਸੀ ਲਿਆਓ ਆਪਣੇ ਵਾਸਤੇ ਇੱਕ ਤੇ ਦਰਵਾਜ਼ੇ ਸਾਰੇ ਬੰਦ ਕਰ ਆਇਆ ਜੀ ਮੈਂ ਚਾਹ ਬਣਾਵਾਂ ਲੱਗੇ ਆ ਗੰਦ ਨਹੀਂ ਦੇਖਿਆ ਗੇਟ ਕੋਲ ਨਹੀਂ ਲੱਗੇ ਲੱਗੇ ਹਾਂ ਹੋਰ ਪਾਣੀ ਦਿੱਤਾ ਹੀ ਨਹੀਂ ਮੈਂ ਪਾਣੀ ਪਾਣੀ